ਇਧਰੋਂ ਕਿਧਰੋਂ ਆਉਣੀਆਂ ਹਰਪ੍ਰੀਤ, ਮੈਂ ਗੋਹਾ ਤਾਂ ਸਿੱਟ ਕੇ ਆਈਆਂ, ਤੇ ਬੜੀ ਸਾਧਨ ਚੱਕੀ ਫਿਰਦੀਆਂ, ਨਾ ਕੋਈ ਤੂੰ ਘਰੇ ਕੋਈ ਗੱਲ ਸੁਣੇ ਨਾ ਕੋਈ ਬਾਤ ਸੁਣੇ। ਕੀ ਗੱਲ ਸੁਣਾ ਹੁਣ ਮੈਂ ਤੇਰੀ? ਭੂਆ ਕੁੜੇ ਆਈ ਬੈਠੀ ਆ, ਕੋਈ ਉਹਨੂੰ ਪੁੱਛ ਕਰ ਲਾ ਕੋਈ ਕੀ ਨਾਸ ਮਾਰ ਕੇ ਬੋਲ ਜੇ, ਗੁੱਸੇ ਜੇ ਹੋਈ ਬੈਠੀ ਹੈਗੀ, ਚਾਹ ਚੂ ਕਿਵੇਂ ਪਈ ਆ ਕੋਈ ਤੂੰ ਉਹਨੂੰ। ਲੈ ਕੁੱਲਾਂ ਨੇ ਕਰਦੀ ਗੁੱਸੇ ਹੋਈ ਬੈਠੀ, ਤੜਕੇ ਨੇ ਤਾਂ ਮੈਂ ਬਿਸਕੁਟ ਲੈ ਕੇ ਗਈ ਨਾਲੇ ਭੁਜਗਾ ਲੈ ਕੇ ਗਈ, ਦੋਨੇ ਚੀਜ਼ਾਂ ਮੂਹਰੇ ਰੱਖ ਦਣਾ ਤੇ ਚਾਹ ਨਾ ਕੱਪ ਨਾ ਮਸਾਂ ਫੜਿਆ ਮੈਂ ਇੱਥੋਂ ਤਾਂ ਇੱਦਾਂ ਮੂੰਹ ਕਰੀ ਬੈਠੀ ਸੀ ਮੈਨੂੰ ਆਦੀ। ਹੁਣ ਮੇਰੇ ਕੋਲੇ ਅੱਲੇ ਹੋਣ ਲੱਗ ਗਈ, ਬਿਸਕੁਟ ਵੱਡੀ ਆ ਗਈ ਭੁਜਗੇ ਖਵਾਉਣ ਵਾਲੀ, ਮੈਂ ਤਾਂ ਤੇਰੇ ਤਾਇਕ ਕਰੀ ਨੇ, ਮੈਂ ਤਾਂ ਮਸਾਂ ਵੜਿਆ ਕੇ ਚਾਹ ਪਈ ਏ। ਤੇ ਫਿਰ ਹੁਣ ਆਪਾਂ ਉਹਦਾ ਕੀ ਹੱਲ ਕਰੀਏ? ਆਪਾਂ ਉਧਰ ਨਾ ਉਹਨੂੰ ਜਾਣ ਦੇਈਏ। ਮੈਂ ਕਿਹੜਾ ਕਿਹਾ ਉਹਨੂੰ, ਮੈਂ ਤੜਕੇ ਤਾਂ ਹੁਣ ਮੈਂ ਤਾਂ ਭਈ ਕੇਰਾਂ ਵੜਿਆ ਕੇ ਚਾਹ ਪਿਆਤੀ ਬੇਬੇ, ਹੁਣ ਤੇਰੀ ਨਣ ਦਾ ਭਈ ਹੋ ਬੈਠੀ ਉਹ ਤਾਂ ਦੋਨੇ ਪੈਰ ਮੰਜੇ ਤੇ ਤੇਰੀ ਆਖੜੀ ਬੈਠੀ ਏ, ਆਪ ਹੀ ਗੱਲ ਕਰ ਲਾ ਉਹਦੇ ਨਾਲ। ਰਾਤ ਮੈਂ ਤੈਨੂੰ ਆਖਿਆ ਸੀ, ਮੈਂ ਕਿਹਾ ਜੇ ਸੂਜੀ ਪਈ ਆ ਪੂਰਾ ਪ੍ਰਸ਼ਾਦ ਬਣਾ ਲਾ, ਨਹੀਂ ਮੈਂ ਕਿਹਾ ਫਿਰ ਆਟੇ ਦੀ ਬਣਾ ਲੈਂਦੀ ਤੂੰ, ਤੂੰ ਤਾਂ ਬੇਬੇ ਜਦੋਂ ਸੂਜੀ ਤਾਂ ਹੈ ਨਹੀਂ ਸੀ, ਤੂੰ ਮੁੜ ਕੇ ਬਾਹਰ ਨਹੀਂ ਆਈ, ਮੈਨੂੰ ਕੀ ਪਤਾ ਸੀ, ਮੈਂ ਆਖਿਆ ਚੱਲ ਤੜਕੇ ਬਣਾ ਦੇ ਆਏ, ਮੈਨੂੰ ਕਿਹੜਾ ਪਤਾ ਸੀ ਕੁੜੇ ਨਿਆਣੀ ਆ ਹਰਪ੍ਰੀਤ, ਤੈਨੂੰ ਕਿੰਨੇ ਕਾਇ ਸਾਲ ਹੋ ਗਏ ਆਈ ਨੂੰ, ਹੁਣ ਮੈਂ ਤੈਨੂੰ ਫੇਰ ਦੱਸ ਕੇ ਕੰਮ ਕਰਾਇਆ ਕਰੂੰਗੀ। ਬੇਬੇ ਫਿਰ ਐਂ ਦਿਮਾਗ ਚੋਂ ਨਿਕਲ ਗਿਆ ਇੱਕ ਜਾਣੇ ਦੇ, ਨਹੀਂ ਭਈ ਦਿਮਾਗ ਚੋਂ ਉਦੋਂ ਤੂੰ ਬਾਹਰ ਨਿਕਲਿਆ ਨੀ, ਉਹ ਤਾਂ ਤੂੰ ਤਾਂ ਅੰਦਰ ਵੜ ਕੇ ਵੇਗੀ ਭੂਆ ਕੋਲੇ, ਮੇਰਾ ਜਿਹੜੇ ਜੀ ਆਇਆ ਚੀਜ਼ ਜਿਹੜੀ ਧਰਨੀ ਸੀ ਧਰਕ ਲੈ ਗਈ, ਸਾਰੀ ਗੱਲ ਸੀ ਤੇਰੇ ਮੁੰਡੇ ਦੀ ਐ, ਮੇਰੇ ਚ ਨਾ ਕਸੂਰ ਕੱਢਿਆ ਕਰ, ਕੱਦੂ ਚੱਕ ਲੈ ਆਓ। ਫਿਰ ਹੁਣ ਤਾਂ ਰਾਕੜੀ ਬੈਠੀ ਐ, ਫਿਰ ਹੁਣ ਕੀ ਹੱਲ ਕਰੀਏ ਉਹਦਾ? ਤੂੰ ਜਾ ਉਹਦੇ ਕੋਲੇ ਕੀ ਕਹਿੰਦੀ ਤੂੰ ਪੁੱਛ ਲੈ। ਹਾਂ ਚੰਗਾ ਮੈਂ ਜਾਣੀ ਆ, ਫਿਰ ਤੂੰ ਕਰ ਕੰਮ। ਮੈਂ ਤਾਂ ਕਰੀ ਆ ਕੰਮ, ਉਹ ਤਾਂ ਹੁਣ ਲੱਤੀ ਇਹਦੇ ਨਾਲ ਆਕੜ ਕੇ ਬਹਿ ਜਾਂਦੀ ਐ, ਪਹਿਲਾਂ ਉਦੋਂ ਆਈ ਸੀ ਵਿਆਹ ਵੇਲੇ ਆਈ ਸੀ, ਉਦੋਂ ਐ ਰੁੱਸ ਗਈ, ਕਹਿੰਦੀ ਸਾਰੀਆਂ ਮੇਰੀਆਂ ਚੁੰਨੀਆਂ ਟਕਾਤੀਆਂ, ਉਦੋਂ ਬੇਬੇ ਦੀ ਗਲਤੀ ਸੀ, ਹੁਣ ਬੇਬੇ ਦੇ ਮੁੰਡੇ ਦੀ ਗਲਤੀ ਐ, ਭਈ ਉਹ ਕੱਦੂ ਲਿਆ ਮੈਂ ਕਿਹੜਾ ਦੱਸਿਆ ਆਪ ਤੇ ਨਹੀਂ ਸੀ, ਮੈਂ ਦੱਸ ਕੀ ਕਰਾਂ ਹੁਣ, ਛੋਡੇ ਤਾਂ ਰੋਜ਼ ਉਹੀ ਗੱਲ, ਕੋਈ ਰਿਸ਼ਤੇਦਾਰ ਆ ਜੇ ਉਹੀ ਰੁੱਸ ਕੇ ਬਹਿ ਜਾਂਦਾ, ਕਦੇ ਮਾਮੀ ਆਈ ਉਹ ਰੁੱਸ ਕੇ ਬਹਿ ਗਈ, ਭੂਆ ਆਈ ਉਹ ਰੁੱਸ ਕੇ ਬਹਿ ਗਈ, ਪਹਿਲਾਂ ਮਾਸੀ ਆਈ ਸੀ ਉਹ ਆਕੜ ਕੇ ਬਹਿ ਗਈ ਸੀ, ਜਿੰਨੇ ਰਿਸ਼ਤੇਦਾਰ ਆ ਸਾਰੇ ਇਹੋ ਜਿਹੇ ਆਉਂਦੇ। ਚਲ ਉਹ ਬੈਠੀ ਆ ਬੇਬੇ, ਹੁਣ ਦੇਖਦੀ ਆ ਬੇਬੇ ਗੱਲ ਕਰਦੀ ਆ, ਚੱਲ ਮੈਂ ਵੀ ਜਾਨੀ ਆ ਕੋਲੇ, ਲਵੇ ਲਾਉਣੀ ਹੋ ਕੇ ਸੁਣਦੀ ਆ ਵੀ ਕਹਿੰਦੀ ਕੀ ਐ। ਹੋਰ ਕੁੜੇ ਭਾਣੇ ਕਿਵੇਂ, ਚਾਹ ਤੂੰ ਪੀ ਲਈ? ਬਸ ਮੈਨੂੰ ਤਾਂ ਚਾਹ ਦੀ ਲੋੜ ਨੀ, ਜੇ ਜੇ ਤੁਸੀਂ ਰਾਤ ਰੋਟੀਆਂ ਖਵਾਤੀਆਂ ਹੋ ਜੇ ਤੁਸੀਂ ਚਾਹਾਂ ਪੈਟੀਆਂ। ਪਰ ਰਾਤ ਵੀ ਤੈਨੂੰ ਵਧ ਗਈ ਖਵਾਈ ਆ ਰੋਟੀ। ਕੀ ਬਣਿਆ ਖਵਾਈ ਆ ਕੱਦੂ? ਹੁਣ ਤਾਂ ਕਰਿਆ ਨੀ ਸਿਆਣ ਦੇ ਜਾਇਆ ਤੁਸੀਂ, ਮੇਰੇ ਮੂਹਰੇ ਕੱਦੂ ਧਰਤਾ। ਰੱਖੋ ਕੱਦੂ ਕੀ ਮਾੜਾ ਗਾ, ਠੰਡਾ ਕੱਦੂ ਆ ਗਰਮੀ ਦੀ। ਪਰ ਤੁਸੀਂ ਖਾਲਾ ਕਰੋ ਠੰਡਾ ਕੱਦੂ, ਲਿਆ ਰੱਖਿਆ ਬੋਰੀ ਭਰ ਕੇ ਤੁਸੀਂ ਤਾਂ। ਤੂੰ ਤਾਂ ਭਾਣੇ ਬਾਲੀ ਸਾਨੂੰ ਹੈਰਾਨ ਕਰਦੀ ਆ ਕੇ। ਹੈਰਾਨ ਤਾਂ ਅੱਗੇ ਕਿੰਨਾ ਕੁ ਸਾਨੂੰ ਕਰਤਾ ਹੈਰਾਨ, ਮੈਂ ਤਾਂ ਦੋ ਦਿਨ ਆਈ ਸੀਗੀ ਲਾਉਣ ਇੱਥੇ, ਹੁਣ ਮੈਂ ਨਾ ਆਉਂਗੀ ਇੱਥੇ ਮੈਂ ਤਾਂ ਉਹਨਾਂ ਨੂੰ ਤਾਇਕ ਘਰ ਵਗ ਜਾਊਂਗੀ। ਤਾਇਕ ਕਿਉਂ ਵਗ ਜਾਏਂਗੀ ਤੂੰ? ਇੱਥੇ ਲਾ ਚਾਰ ਦਿਨ, ਤੂੰ ਤਾਂ ਮੈਂ ਜਾਂਦੀ ਨਹੀਂ ਤੇ ਹੁਣ ਤੂੰ ਉੱਧਰ ਤਿਆਰ ਹੋ ਗਈ। ਤਾਇਕ ਦੇ ਜੀ ਮੇਰਾ ਨੱਕ ਮੋੜਤਾ, ਆਪਦੀ ਕੁੜੀ ਆਏ ਤਾਂ ਤੁਸੀਂ 100-100 ਚੀਜ਼ਾਂ ਬਣਾਉਣਾ, ਮਟਰ ਪਨੀਰ ਕਿਧਰੋਂ ਕੁਛ ਤੇ ਮੇਰੇ ਮੂਹਰੇ ਧਰਤਾ ਕੱਦੂ, ਕੁੜੇ ਬਸ ਮੈਂ ਤਾਂ ਖਾਂਦੀ ਨਹੀਂ, ਉਹਨੂੰ ਕਹਿ ਰਿਹਾ ਹਰਪ੍ਰੀਤ ਨੂੰ ਬਣਾ ਨਾ ਕੁਛ ਵੀ, ਕੁੜੇ ਖਾਂਦੀ ਨਹੀਂ। ਤੇਰੇ ਆਏ ਤੋਂ ਵੀ ਬਣਾਉਣੀ ਆ ਅਸੀਂ, ਤੇਰੀ ਤੇਰੀ ਸੇਵਾ। ਬਸ ਮੈਂ ਤਾਂ ਕਦੋਂ ਸੇਵਾ ਕੀਤੀ, ਤੁਸੀਂ ਕੀ ਕੀਤਾ ਨਾ ਮੇਰਾ, ਮੇਰੇ ਤਾਂ ਕਦੇ ਚੱਜ ਦੀ ਸਬਜ਼ੀ ਵੀ ਨਹੀਂ ਧਰ ਕੇ ਖਵਾਈ ਤੁਸੀਂ। ਮੈਂ ਕੁੜੇ ਸਬਜ਼ੀ ਕਿਉਂ ਨਹੀਂ ਧਰਦੇ, ਹੁਣ ਵਧੀਆ ਬਣਾਈ ਪਈ ਆ, ਰੋਟੀ ਟੁੱਕ ਵਧੀਆ ਬਣਾਇਆ। ਬਸ ਮੈਂ ਤਾਂ ਖਾਂਦੀ ਨਹੀਂ ਗੀ, ਤੇ ਮੈਂ ਤਾਂ ਉੱਧਰ ਜਾਂਦੀ ਹਾਂ ਕਿ ਤਾਇਕ ਘਰ ਆਇਆ ਕਰੂੰਗੀ ਚਾਹ ਦੋ ਦਿਨ, ਤੇ ਫਿਰ ਮੈਂ ਵਗ ਦੂੰਗੀ। ਬਸ ਐਵੇਂ ਵਗ ਜਾਏਗੀ ਨਾ ਭੈਣੇ, ਉੱਧਰ ਨਹੀਂ ਜਾਣਾ ਕਿਉਂ ਨਾ, ਮੈਂ ਪੁੱਛਦੀ ਹਾਂ ਹਰਪ੍ਰੀਤ ਤੈਨੂੰ। ਮੈਂ ਪੁੱਛ ਭਾਵੇਂ ਨਾ ਹੀ ਜਾਂਦੀ ਹੈਗੀ, ਪੁੱਛ ਭਾਵੇਂ ਨਾ ਪੁੱਛ, ਮੈਂ ਤਾਂ ਖਾਂਦੀ ਨਹੀਂ। ਤੂੰ ਤਾਂ ਭੈਣੇ ਆਈ ਗੁੱਸੇ ਹੁੰਦੀ ਹੁੰਦੀ ਆ, ਕਿਧਰੋਂ ਹੀ ਆਵੇਂ ਗੁੱਸਾ ਵਾਲਾ, ਉਹਨਾਂ ਤਾਂ ਗੱਲਾਂ ਕਰ ਦੂੰਗਾ ਤੁਸੀਂ ਤੇਰੇ ਗੁੱਸਾ ਹੁੰਦਾ ਅਗਲਾ। ਹੁਣ ਆਦੀ ਮੈਂ ਤਾਇਕ ਕੇ ਜਾਨੀ ਆਂਗੀ, ਮੈਂ ਤਾਇਕ ਹੀ ਜਾਊਂਗੀ ਹੋਰ ਕੀ ਕਰੂੰਗੀ। ਨਾ ਪਰ ਤੂੰ ਕਸ ਨੂੰ ਆਨੇ ਖਵਾਤਾ ਮੈਨੂੰ ਮਟਰ ਪਨੀਰ, ਮੈਂ ਕੁਛ ਨਹੀਂ ਆ ਹਰਪ੍ਰੀਤ ਨੂੰ ਕੁਛ ਨਾ ਮੈਂ ਤਾਂ ਖਾਣੀ ਆ, ਮੈਂ ਤਾਂ ਜਾਨੀ ਆਂਗੀ ਤਾਇਕ। ਐ ਨਹੀਂ ਜਾਨੀ ਆ ਤਾਇਕ, ਅਸੀਂ ਬਣਾਉਣੇ ਆਂਗੇ ਰੋਟੀ, ਮੈਂ ਪੁੱਛਦੀ ਆ ਕਿਵੇਂ ਕੁਛ ਕਰੀ ਜਾਂਦੀ ਆ ਉਹ। ਕੁਛ ਪੁੱਛੀ ਚੱਲ, ਮੈਂ ਤਾਂ ਵਗ ਦੂੰਗੀ ਉੱਧਰ, ਤੁਸੀਂ ਖਾ ਲਿਆ ਆਪਦਾ ਧਰ ਧਰ ਸਬਜ਼ੀਆਂ ਮਟਰ ਪਨੀਰ। ਭੂਆ ਤਾਂ ਕਿੰਨੀ ਹਰਖ ਗਈ, ਬੇਬੇ ਤੂੰ ਦੇਖ ਅੰਦਰ, ਮੈਂ ਆਉਣੀ ਆ ਮਾੜਾ ਜਾ, ਮੈਂ ਜਾਨੀ ਆ ਭੂਆ ਕੋਲ। ਭੂਆ ਜੀ ਕੀ ਗੱਲ ਹੋ ਗਈ? ਕੀ ਗੱਲ ਦਾ ਸਾਨੂੰ ਪਤਾ ਹੀ ਆ ਹਰਪ੍ਰੀਤ, ਹੁਣ ਮੇਰੇ ਆਕੇ ਕੋਲ ਕਹਿੰਦੀ ਤੂੰ ਕੀ ਹੋ ਗਿਆ? ਉਹ ਤੂੰ ਤਾਂ ਬੜਾ ਗੁੱਸਾ ਕਰਦੀ ਆ, ਪਤਾ ਨੀ ਕਿਉਂ ਇੰਨੇ ਗੁੱਸੇ ਕਰਨ ਲੱਗ ਗਿਆ। ਗੁੱਸਾ ਕਰਾਂ ਨਾ, ਮੈਨੂੰ ਤਾਂ ਅੱਜ ਦੀ ਰੋਟੀ ਨਹੀਂ ਤੁਸੀਂ ਪੁੱਛਿਆ, ਉਹ ਰੋਟੀ ਤੈਨੂੰ ਹੁਣ ਖਵਾਰਿਆਂਗੇ, ਕੁਛ ਮਰਜ਼ੀ ਖਾ ਲਈ। ਮੈਂ ਤਾਂ ਖਵਾਉਂਗੀ ਨਹੀਂ ਭੰਗਾ ਰੱਖ, ਮੈਂ ਤਾਂ ਜਾਨੀ ਆ ਉੱਧਰ, ਕਿਧਰੇ ਨਹੀਂ ਜਾਣਾ। ਦੇਖ ਭੂਆ ਤੂੰ ਕਿਹਾ ਵੀ 4 ਦਿਨ ਮੈਂ ਤੁਹਾਡੇ ਘਰੇ ਰਹੂੰਗੀ, ਅਸੀਂ ਤਾਂ ਤੈਨੂੰ ਕਿਸੇ ਦੇ ਨਹੀਂ ਜਾਣ ਦਿੰਦੇ ਇੱਥੇ ਹੀ ਰਹੀ। ਮੈਂ ਤਾਂ ਆਈ ਆਈ ਸੀ 4 ਦਿਨ ਲਾਉਣ, ਤੁਸੀਂ ਤਾਂ ਮੇਰਾ ਪਹਿਲੇ ਦਿਨ ਹੀ ਨੱਕ ਮਾਰਤਾ। ਆ ਭੂਆ ਕੋਈ ਨੀ, ਇੱਕ ਵਾਰੀ ਗਲਤੀ ਹੋ ਜਾਂਦੀ, ਬਾਰ ਬਾਰ ਤਾਂ ਨਹੀਂ ਹੁੰਦੀ, ਸਬਜ਼ੀ ਕੋਈ ਮਿਲੀ ਨੀ ਚੱਜ ਦੀ। ਮਿਲੀ ਕਿਉਂ ਨੀ? ਮੇਰੇ ਤਾਂ ਹੁਣ ਕਦਰ ਘਰੇ ਘਟੀ ਪਈ ਆ ਘਰੇ, ਉਹ ਨਹੀਂ ਘਟੀ, ਪਤਾ ਲੱਗਾ ਕਦਰ ਘਟ ਗਈ ਮੇਰੀ, ਤੁਹਾਡੀ ਕੁੜੀ ਦੀ ਵਾਧਾ ਹੋ ਗਈ ਕਦਰ। ਭੂਆ ਤੂੰ ਐ ਨਾ ਕਰ, ਦੇਖ ਜੈ ਜੀ ਸਾਨੂੰ ਕੁੜੀ ਆ ਉਹੋ ਜੀ ਤੂੰ ਐ। ਉਹ ਜੀ ਕੌਣ ਆ? ਉਹਨੂੰ ਤਾਂ 100-100 ਚੀਜ਼ਾਂ ਬਣਾ ਕੇ ਦਿੰਦੇ ਹੋ ਤੁਸੀਂ। ਉਹ ਭੂਆ ਤੇਰੇ ਖਾਤਰ ਵੀ ਬਣਾਵਾਂਗੇ, ਨਹੀਂ ਤਾਂ ਹੁਣ ਮੈਂ ਕੈਸਟਰ ਬਣਾਈ ਬੈਠੀ ਆ,
ਉਹਨੇ ਰੋਟੀ ਖਾ ਲਈ ਤੇ ਆਰਾਮ ਕਰੀ ਮੈਂ ਦੱਸ ਦੇ ਮਰਮਾ ਹੁੰਦੀ ਤਾਂ ਬਬਰਾਈ ਮੈਂ ਉਹਨੂੰ ਦੱਸਦੀ ਗੱਲਾਂ ਹੁਣ ਮੈਂ ਕਿਹਨੂੰ ਦੱਸਾਂ ਕਿਹਦੇ ਕੋਲ ਤੇ ਡਰਾਮਾ ਮੈਂ ਹੁਣ ਮਾਂ ਕਿਹੜਾ ਕੋ ਸਾਰੀ ਉਮਰ ਬੈਠਿਆ ਰਹੇ ਨਾ ਮਾਮਾ ਪਰ ਪਰਜਾਈ ਤੇਰੀ ਮਾਮਾ ਵਰਗੀ ਐ ਐ ਨਾ ਕਰਿਆ ਕਰ ਭੂਆ ਤੂੰ ਆਰਾਮ ਨਾਲ ਤੂੰ ਚੁੱਪ ਕਰਕੇ ਨਾ ਤਾਂ ਪਰ ਕਰਕੇ ਮੈਂ ਮਨ ਤੋਂ ਅਸੀਂ ਰੋਟੀ ਲੈ ਕੇ ਨਾ ਮੈਂ ਬੇਬੇ ਨੂੰ ਭੇਜ ਦੇ ਮੈਂ ਬਣਾਉਣੀ ਆ ਰੋਟੀ ਸਾਰਾ ਸਮਾਨ ਬਣਾਇਆ ਤੇ ਤੇਰੇ ਖਾਤਰ ਪੂਰੀ ਸੇਵਾ ਕਰਾਂਗੇ ਤੇਰੀ ਬਸ ਲਾਲ ਸਲੂਦ ਕੱਟਿਆ ਤੇ ਪੂਰੀ ਵਧੀਆ ਰੋਟੀ ਖਵਾਵਾਂਗੇ ਤੂੰ ਠੀਕ ਹੋ ਕੇ ਬਹਿ ਜਾ ਬਸ ਮਨ ਤਾਂ ਸਲਾਦਾਂ ਦੀ ਲੋੜ ਨਹੀਂ ਕੋਈ ਨਹੀਂ ਕੋ ਗੁੱਸਾ ਨਾ ਕਰੇ ਇੰਨਾ ਗੁੱਸਾ ਨਹੀਂ ਕਰਦੇ ਹੁੰਦੇ ਬਸ ਮੈਂ ਰੋਟੀ ਨਾ 5 ਮਿੰਟਾਂ ਚ ਤੇਰੇ ਕੋਲੇ ਬਹਿ ਜਾ ਤੂੰ ਸ਼ਾਂਤ ਨੂੰ ਆ ਮੈਂ ਰੋਂਦਾ ਹਲਾ ਮਾਮਾ ਨੂੰ ਲੈ ਕੀ ਕਰੀਏ ਭੂਆ ਦਾ ਬਾਲੀ ਅੱਜ ਬਲੱਡ ਵਧਾਈ ਬੈਠੀ ਸੀ ਪਤਾ ਨਹੀਂ ਕਿਵੇਂ ਉਹ ਰੋਟੀ ਖਾਦੀ ਹੋ ਕੇ ਨਾ ਹਰਪ੍ਰੀਤ ਆਜਾ ਆਜਾ ਉਹ ਜਿਹੜੀਆਂ ਮੈਂ ਤੈਨੂੰ ਗਮਾਰੇ ਦੀਆਂ ਫਲੀਆਂ ਲੈ ਕੇ ਦੇ ਕੇ ਗਿਆ ਸੀ ਸਬਜ਼ੀ ਬਣਾ ਲਈ ਭੂਆ ਨੇ ਰੋਟੀ ਖਾ ਲਈ ਅੱਛਾ ਹੁਣ ਤੇਰੇ ਗਮਾਰੇ ਦੀਆਂ ਫਲੀਆਂ ਯਾਦ ਆ ਗਈਆਂ ਹੁਣ ਤੁਸੀਂ ਸਬਜ਼ੀ ਬਣਾ ਲਈ ਭੂਆ ਨੇ ਰੋਟੀ ਖਾ ਲਈ ਤੇ ਤੜਕੇ ਤੂੰ ਸਿੱਟ ਕੇ ਕਿਹਨਾਂ ਫੜਨਾ ਕਰੇ ਤੇ ਸਦੇਹੀ ਉੱਡ ਕੇ ਮੁੜ ਕੇ ਘਰੇ ਨਹੀਂ ਵੜਿਆ ਉਹ ਕੰਮ ਵੀ ਕਰਨਾ ਖੇਤ ਕੋਈ ਮਾੜਾ ਮੋਟਾ ਮੋਟਰ ਤੇ ਗਿਆ ਸੀਗਾ ਹਾਂ ਖੇਤ ਗਿਆ ਸੀ ਤੂੰ ਕਹਿੰਦਾ ਮੂੰਗੀ ਗੁੱਡਣ ਮੈਂ ਤੈਨੂੰ ਦੱਸਾਂ ਟਿਕ ਜਾ ਸਾਰਾ ਕੰਮ ਨਾ ਤੇਰੇ ਘਰੇ ਹੋਇਆ ਫਿਰ ਤੂੰ ਡਰਦਾ ਘਰੋਂ ਨਿਕਲਦਾ ਤੜਕੇ ਸਦੇਹੀ ਤੈਨੂੰ ਐਸੀ ਵੀ ਜੀ ਭੂਆ ਦੇ ਉੱਠਣ ਤੋਂ ਪਹਿਲਾਂ ਮੰਗ ਜਾ ਮੈਨੂੰ ਪਤਾ ਹੈ ਭੂਆ ਆਕੜ ਕੇ ਵੇਗੀ ਮਸਾਂ ਤਾਂ ਉਹਨੂੰ ਚਾਹ ਪਈ ਕਿਹੜੇ ਹਾਲੀ ਚਾਹ ਵੀ ਨਾ ਪੀਵੇ ਕਹਿੰਦੀ ਮੈਂ ਤਾਂ ਪੀਂਦੀ ਨਹੀਂ ਮੈਂ ਤਾਂ ਤੇਰੇ ਤਾਏ ਕੇ ਘਰੇ ਜਾ ਕੇ ਪੀਉ ਮਸਾਂ ਬੜੇਈ ਵੀ ਭੂਆ ਚਾਹ ਪੀ ਲੈ ਕੋਈ ਨਹੀਂ ਗਲਤੀ ਹੋ ਗਈ ਭੂਆ ਹੱਥ ਬੰਨਦੇ ਤੇਰੇ ਮੂਹਰੇ ਹੱਥ ਜੋੜ ਕੇ ਮਾਫੀਆਂ ਮੰਗੀਆਂ ਸੱਸ ਨੂੰਹਾਂ ਨੇ ਮੇਰੇ ਕੀ ਕੀਤੇ ਕੰਮ ਹੈ ਮੈਨੂੰ ਗੱਲ ਦੀ ਸਮਝ ਨਹੀਂ ਉਹਦੀ ਕੀ ਕਹਿਨੀ ਹੈ ਤੂੰ ਮੈਨੂੰ ਹਜੇ ਤੈਨੂੰ ਪਤਾ ਹੀ ਨਹੀਂ ਕੋ ਮੈਂ ਕੀ ਇਹੋ ਜਿਹਾ ਕਰਤਾ ਜਿਹੜਾ ਤੂੰ ਕੱਦੂ ਲਿਆ ਸੀ ਨਾ ਸਾਰੇ ਪੰਗੇ ਉਹਦੇ ਪਏ ਨੇ ਉਹ ਕਹਿੰਦੀ ਮੇਰੀ ਸੇਵਾ ਨਹੀਂ ਕਰੀ ਤੁਸੀਂ ਮੈਨੂੰ ਤਾਂ ਤੁਸੀਂ ਭੁੱਲ ਗਏ ਆਪਦੀ ਕੁੜੀ ਦਾ ਮਾਨ ਤਾਨ ਕਰਨ ਲੱਗੇ ਮੇਰਾ ਮਾਨ ਤਾਨ ਘਟ ਗਿਆ ਘਰ ਚੋਂ ਮੇਰੀ ਤਾਂ ਬੇਕਦਰੀ ਹੋ ਗਈ ਉਹ ਤਾਂ ਰੋਵੇ ਕਲਾਵੇ ਸੀ ਤਾਂ ਤੜਕੇ ਮਸਾਂ ਬਰਿਆ ਕੇ ਮੈਂ ਤਾਂ ਚਾਹ ਪਈ ਬੇਬੇ ਵੀ ਛੱਡ ਕੇ ਬਾਹਰ ਨੂੰ ਉੱਡ ਗਈ ਬੇਬੇ ਕਹਿੰਦੀ ਮੈਂ ਕੰਮ ਜਾ ਕੇ ਆਉਣੀ ਆ ਕੱਦੂ ਤਾਂ ਮੈਂ ਤਾਂ ਲਿਆ ਸੀ ਨਹੀਂ ਮੈਂ ਰਾਤ ਹੀ ਕੁਮਾਰੀ ਦੀਆਂ ਫਲੀਆਂ ਲਿਆ ਆਉਂਦਾ ਉਹਦੇ ਕੋਲੇ ਹੈ ਹੀ ਨਹੀਂ ਸੀ ਦੱਸ ਮੇਰਾ ਕੀ ਦੋਸ਼ ਹੈ ਫਿਰ ਇਸ 'ਚ ਨਾ ਫਿਰ ਦੋਸ਼ ਮੇਰਾ ਹੈ ਮੈਂ ਬਣਾ ਕੇ ਦਿੱਤੀ ਉਹਨੂੰ ਗੁੱਸਾ ਉਹ ਮੇਰੇ ਤੇ ਕੱਢਦੀ ਹੈ ਸਾਰਾ ਦੋਸ਼ ਤਾਂ ਸਾਰਾ ਤੇਰਾ ਹੀ ਹੈ ਹੋਰ ਕਿਹਦਾ ਹੈ ਜਿਹਨੂੰ ਭੋਰਾ ਪ੍ਰਸ਼ਾਦ ਬਣਾਉਣ ਦੀ ਪ੍ਰਸ਼ਾਦ ਕਾਹਦਾ ਬਣਾਉਣ ਦੀ ਜਦੋਂ ਸੂਜੀ ਹੈਨੀ ਸੀ ਤੈਨੂੰ ਆਖਿਆ ਸੀ ਲਿਆ ਦੇ ਤੂੰ ਕਹਿੰਦਾ ਛੱਡ ਪਨੇ ਜੇ ਮੇਰੇ ਗੱਲ ਮੇਰੀ ਸੁਣ ਲਾ ਨਾ ਮੇਰੇ ਕੋਲੇ ਬੇਬੇ ਆਈ ਨਾ ਤੈਂ ਮੈਨੂੰ ਕਿਹਾ ਕੱਲੇ ਜਾਣੇ ਦਾ ਬੰਦੇ ਦਾ ਨਹੀਂ ਦਿਮਾਗ ਚੱਲਦਾ ਜੇ ਤੂੰ ਮੈਨੂੰ ਇਹ ਕਹਿੰਦਾ ਸੂਜੀ ਤਾਂ ਹੈ ਨਹੀਂ ਤੂੰ ਆਟੇ ਦਾ ਪ੍ਰਸ਼ਾਦ ਬਣਾ ਦੇ ਮੈਂ ਮਾੜਾ ਮੋਟਾ ਬਣਾਉਣ ਦੀ ਹੁਣ ਤੇਰੇ ਕਿਵੇਂ ਦਿਮਾਗ 'ਚ ਗੱਲ ਆ ਗਈ ਉਹ ਦਿਮਾਗ 'ਚ ਤਾਂ ਫਿਰ ਬੇਬੇ ਨੇ ਦੱਸਿਆ ਮੈਨੂੰ ਬੇਬੇ ਕਹਿੰਦੀ ਤੂੰ ਆਪ ਬਣਾ ਲੈਂਦੀ ਆਟੇ ਦਾ ਬਣਾ ਲੈਂਦੀ ਜੇ ਸੂਜੀ ਹੈ ਨਹੀਂ ਸੀ ਮੈਂ ਕਿਹਾ ਬੇਬੇ ਜਦੋਂ ਤੂੰ ਬਾਹਰ ਨਾ ਆਈ ਮੇਰਾ ਕੱਲੀ ਦਾ ਦਿਮਾਗ ਨਹੀਂ ਚੱਲਿਆ ਇੱਕ ਤਾਂ ਗਰਮੀ ਵਾਲੀ ਸੀ ਰਸੋਈ 'ਚ ਸਾਰੀਆਂ ਨਾ ਬੁੜੀਆਂ ਪਰਦੇ ਢੱਕ ਲੈਂਦੀਆਂ ਹੁੰਦੀਆਂ ਨੇ ਆਹੋ ਗੁਰਗਨ ਦਾ ਪਰਦੇ ਢੱਕਣ ਦੀ ਰੱਖੀਆਂ ਹੁੰਦੀਆਂ ਬੰਦੇ ਗਲਤੀਆਂ ਕਰੀ ਜਾਣ ਬੁੜੀਆਂ ਢੱਕੀ ਜਾਣ ਹੁਣ ਮੈਂ ਤੈਨੂੰ ਦੱਸਾਂ ਆਕੜੀ ਬੈਠੀ ਹੈਗੀ ਤਾਏ ਕੇ ਘਰੇ ਜਾਂਦੀ ਸੀ ਕਹਿੰਦੀ ਮੈਂ ਤਾਂ ਰੋਟੀ ਖਾਂਦੀ ਨਹੀਂ ਮਸਾਂ ਵਡਿਆ ਕੇ ਰੋਟੀ ਖਵਾਈ ਹੈ ਹੁਣ ਹੋ ਪਈ ਹੈ ਰੁੱਸੀ ਹੁਣ ਮੈਂ ਤੈਨੂੰ ਦੱਸਾਂ ਤੂੰ ਕਰ ਲੈ ਗੱਲ ਸ਼ਾਂਤੀ ਨਾਲ ਗੱਲ ਕਰੀ ਉਹਨੂੰ ਕਹਿ ਦਾਂਗੇ ਵੀ ਤੈਨੂੰ ਜਾਂਦੀ ਹੋਈ ਨੂੰ ਵਧੀਆ 2000 ਦਾ ਛੂਟ ਲੈ ਕੇ ਦੇਣਾ ਪਊਗਾ ਹੁਣ ਘੱਟ ਤੋਂ ਘੱਟ ਫੇਰ ਬਿਰੂਗੀ ਕਿਤੇ ਜਾ ਕੇ ਕੋਈ ਨਹੀਂ ਛੂਟ ਤਾਂ ਲੈ ਦਾਂਗੇ ਛੂਟ ਦੀ ਹੁਣ ਤੂੰ ਦੇਖ ਲਾ ਸਬਜ਼ੀ ਤਾਂ ਹੁੰਦੀ ਸੀ ਤੇਰੀ ਸਾਰੀ 100 ਰੁਪਏ ਦੀ ਵੱਧ ਤੋਂ ਵੱਧ 200 ਰੁਪਇਆ ਲੱਗ ਜਾਂਦਾ ਤੇਰਾ ਹੁਣ ਪਤਾ ਲੱਗੂ ਜਦੋਂ ਤੇਰਾ 2000 ਦਾ ਨੋਟ ਲੱਗਿਆ ਸੂਟ ਤਾਂ ਮੇਰੀ ਗੱਲ ਸੁਣ ਲੈ ਫੇਰ ਕਿਹੜਾ ਆਪਾਂ ਲੈ ਕੇ ਨਾ ਦਿੰਦੇ ਸੂਟ ਤਾਂ ਲੈ ਕੇ ਦੇਣੀ ਸੀਗਾ ਫੇਰ ਮੜਾ ਸਸਤਾ ਦੇ ਦੇਣਾ ਹੋਣਾ ਸੀ ਆ ਹੁਣ ਵਿਆਹ ਦੇ ਦਿੱਤੇ ਸੀ ਵੀ ਹੁਣ ਨਾ ਦਿੰਦੇ ਹੁਣ ਉਹਨੂੰ ਹੁਣ ਵੀ ਦੇਣਾ ਪਊਗਾ ਉਹ ਸਸਤਾ ਦੇ ਦਿੰਦੇ ਹੁਣ ਮੜਾ ਜਾਂ ਮਹਿੰਗਾ ਦੇ ਦੇਣਗੇ ਕੋਈ ਐਡੀ ਵੱਡੀ ਗੱਲ ਨਹੀਂ ਹਾਂ ਫਿਰ ਗੱਲ ਤਾਂ ਉੱਥੇ ਆ ਗਈ ਨਾ ਕਿਧਰੇ ਮਰਜ਼ੀ ਭੱਜ ਲਾ ਤੂੰ ਤਾਂ ਐਵੇਂ ਬਾਤ ਦਾ ਪਤੰਗੜ ਬਣਾ ਦਿੰਦੀ ਆ ਮੈਂ ਜਾਂਦਾ ਭੂਆ ਕੋਲੇ ਐਡੀ ਕੀ ਗੱਲ ਹੈ ਜਾ ਵਗ ਜਾ ਤੈਨੂੰ ਪਤਾ ਲੱਗੂ ਭੂਆ ਨਾਲ ਗੱਲ ਤਾਂ ਕਰ ਮੜੀ ਗਈ ਤੇਰਾ ਮੋੜੇ ਨੱਕ ਭੂਆ ਚਾਂਬਲ ਤਾਂ ਤੂੰ ਹੀ ਰਹੇਗਾ ਬਿਨਾ ਗੱਲ ਤੋਂ ਮੈਂ ਐਵੇਂ ਵਿੱਚ ਫਸਾ ਰੱਖੀਆਂਗੀ ਮੈਂ ਤਾਂ ਉਹ ਕੰਮ ਕਰਦੀ ਆ ਕਿਵੇਂ ਮਰਜ਼ੀ ਸਮਝ ਭੂਆ ਰੋਟੀ ਖਾ ਲਈ ਹੁਣ ਤਾਂ ਭੂਆ ਭੂਆ ਤੁਸੀਂ ਸਾਰੇ ਕਰਦੇ ਆ ਰੋਟੀ ਖਾ ਲਈ ਤੈਨੂੰ ਕਹਿੰਦਾ ਪਤਾ ਨਹੀਂ ਕਿਹੜਾ ਮੈਨੂੰ ਗੁਲਗੁਲੇ ਖਵਾਉਣੇ ਤੁਸੀਂ ਉਸ ਦਿਨ ਦੇ ਪਰਸੋਂ ਦੇ ਆਈਆਂ ਮੈਂ ਲੈ ਭੂਆ ਮੈਂ ਕੁਮਾਰੇ ਜੀ ਫਲੀਆਂ ਲੈ ਕੇ ਦੇ ਕੇ ਆਈ ਸਬਜ਼ੀ ਤੇਰੇ ਵਾਸਤੇ ਰੋਟੀ ਤੈਨੂੰ ਫੜਾਈ ਮੈਨੂੰ ਨਹੀਂ ਫਲੀਆਂ ਪੂਰੀਆਂ ਮੈਂ ਤਾਂ ਮੂਹਰੇ ਕੱਦੂ ਤਰ ਤਾ ਦਿੱਤਾ ਕੱਲ ਲੜਾ ਲੜਾਂਗਾ ਨਾ ਮੂਹਰੇ ਮੇਰੇ ਫਲੀਆਂ ਤਰਤੀਆਂ ਮੈਂ ਤਾਂ ਖਾ ਕੇ ਰਾਜ਼ ਹੀ ਨਹੀਂ ਰੋਟੀ ਲੈ ਭੂਆ ਤੂੰ ਤਾਂ ਉਸੇ ਕੱਦੂ ਦੀ ਸਬਜ਼ੀ ਦੀ ਗੱਲ ਕਰੀ ਜਾਨੀ ਹੈ ਉਹਦੇ ਸ਼ਾਮ ਹੋਈ ਪਿਛਲੇ ਸਮੇਂ ਕਿੱਧਰ ਜਾਂਦਾ ਉਦੋਂ ਸ਼ਾਮ ਨੂੰ ਸਾਡੀ ਕਿਹੜਾ ਕੁੜੀ ਆਉਂਦੀ ਨਹੀਂ ਸ਼ਾਮ ਨੂੰ ਭੂਆ ਮੇਰੀ ਗੱਲ ਸੁਣ ਲੈ ਜੇ ਮੇਰੀ ਭੈਣ ਆਉਂਦੀ ਹੈ ਨਾ ਮੇਰਾ ਭਣੋਈਆ ਆਉਂਦਾ ਦੱਸ ਕੇ ਆਉਂਦੇ ਨੇ ਉਹ ਅਸੀਂ ਪਹਿਲਾਂ ਸਬਜ਼ੀਆਂ ਲੈ ਆਉਣੇ ਆ ਸਾਡੇ ਤੈਨੂੰ ਪਿੰਡ ਦਾ ਪਤਾ ਤਾਂ ਹੈਗਾ ਵੀ ਪਿੰਡਾਂ ਦੀ ਚੀਜ਼ਾਂ ਕਿੱਥੇ ਮਿਲਦੀਆਂ ਨੇ ਅੱਛਾ ਹੁਣ ਮੈਂ ਵੀ ਤੈਨੂੰ ਫੋਨ ਕਰਕੇ ਆਇਆ ਕਰਾਂ ਲੈ ਭੂਆ ਤੂੰ ਤਾਂ ਘਰ ਦੀ ਗੱਲ ਸੀ ਤੂੰ ਕਿਹੜਾ ਬਗਾਨੀ ਸੀ ਭੂਆ ਹੈ ਘਰ ਦੀ ਤੂੰ ਕੁੜੀ ਐ ਇਸ ਦੀ ਵੱਡੀ ਕੁੜੀ ਐ ਭੂਆ ਦਾ ਤਾਂ ਲੱਗੂਗਾ ਸਾਨੂੰ ਪਤਾ ਲੈ ਭੂਆ ਤੂੰ ਇੰਨੀਆਂ ਗੁੱਸਿਆਂ ਦੀਆਂ ਗੱਲਾਂ ਕਿਉਂ ਕਰੀ ਜਾਂਦੇ ਮੰਦਰ ਦੀ ਗੱਲ ਦੀ ਸਮਝ ਨਹੀਂ ਆਉਂਦੀ
समझ के आने होंगे सारे समझ आ तेनू बुआ समझ समझा नहीं हैगा कोई तो बेसमझा तो नहीं हाँ। पर तू एडी वड्डी गल को बना ली एडी वड्डी गल है ही नहीं सी एडी वड्डी कोई गल ता सारियां ने मेरे नाल ओ कीते जड़ी ना करनी होवे कोई नहीं बुआ असी गलती मानदे आ जेड़ी साथों गल होगी हुण साडे कोले तू चार पांच दिन रही ते मैं तैनू ऐ करदा मानसा लेके चल दा तैनू ना वधिया 2000 वाला सूट दवा के लियाना बस मैनू तो लोड़ नहीं गुरलाल सूट दी बुआ मेरी गल सुन लै जेड़े सूट ते तू उंगल लाएंगे तैनू ओही सूट दवा दूंगा मैं हां बस मेरे कोल तां हैगे गुरलाल सूट ਉਹ ਤੋਂ ਐਂ ਤੋਂ ਕਰੀ ਜਾਨੀ ਹੈ ਗੱਲ ਮੈਂ ਘਰ ਸੂਟ ਸਾਟ ਦਿੱਤਾ ਮੈਨੂੰ ਲੋੜ ਨਹੀਂ ਮੈਂ ਤਾਂ ਰੁਪਏ ਚਾਹੀਦੇ ਆ ਲੈ ਕੋ ਤੂੰ ਐਂ ਕਰ ਫਿਰ ਜੇ ਨਹੀਂ ਸੂਟ ਲੈਣਾ ਫਿਰ ਸੂਟ ਦੇ ਰੁਪਏ ਲੈ ਜੀ ਤੂੰ ਸੂਟ ਦੇ ਰੁਪਏ ਕੀ ਕਰਨਾ ਮੈਂ ਤਾਂ 5 ਲੱਖ ਰੁਪਏ ਚਾਹੀਦਾ ਮੈਨੂੰ ਤੂੰ 5 ਲੱਖ ਰੁਪਏ ਹਾਂ 5 ਲੱਖ ਰੁਪਏ ਲੈ ਕੇ ਜਾਉਂ ਮੈਂ ਤਾਂ ਹੁਣ ਉਹ ਤੂੰ ਸਿਆਣੀਆਂ ਗੱਲਾਂ ਕਰ ਉਸ ਅਕਲ ਨੂੰ ਹੱਥ ਮਾਰ ਹੁਣ ਤਾਂ ਅਸੀਂ ਆਪਣੀ ਭੈਣ ਦਾ ਕਾਰਜ ਕਰਕੇ ਹਟਿਆ ਵਿਆਹ ਕਰਕੇ ਹਟਿਆ ਪਹਿਲਾਂ ਤਾਂ ਮੈਂ ਤੁਹਾਨੂੰ ਆਖਿਆ ਨਹੀਂ ਵੀ ਕਾਰਜ ਕਰਕੇ ਹਟਿਓ ਉਹ ਤਾਂ ਮੈਂ ਮੰਗਿਆ ਵੀ ਨਹੀਂ ਉਹ ਹੁਣ ਦੱਸ ਅਸੀਂ ਕਿੱਥੋਂ 5 ਲੱਖ ਦਈਏ 5 ਲੱਖ ਦਿਨਾ ਤਾਂ ਦੇ ਪੁੱਤ ਤੇ ਨਹੀਂ ਮੇਰੇ ਤਾਂ ਥਰਮਲ ਕੋਲੇ ਕਿੱਲਾਗਾ 50 ਲੱਖ ਨੂੰ ਬਿਕਦਾਗਾ ਤੇ ਮੈਂ ਤੇਰੇ ਤਾਂ ਇਹਨਾਂ ਗੱਲ ਕਰ ਲੈਣੀ ਆ ਮੈਂ ਤਾਂ ਸੋਚ ਮੰਗਾ ਹੀ ਕੁਛ ਨਹੀਂ ਰੂੰਗਾ ਮੰਗਿਆ ਸੀਗਾ ਮੈਂ ਤਾਂ ਉਹ ਵੀ ਨਹੀਂ ਤੁਸੀਂ ਦੇ ਸਕਦੇ ਪੂਆ ਤੇਰੀ ਗੱਲ ਤਾਂ ਠੀਕ ਹੈ ਤੂੰ ਤਾਂ ਰੂੰਗਾ ਮੰਗਿਆ ਸੀ ਪਰ ਸਾਡੇ ਤਾਂ ਕਦੇ ਮਨ 'ਚ ਇਹ ਗੱਲ ਹੀ ਨਹੀਂ ਆਈ ਸੀ ਵੀ ਪੂਆ ਸਾਥੋਂ ਜ਼ਮੀਨ ਦਾ ਹਿੱਸਾ ਵੀ ਮੰਗੂਗੀ ਜ਼ਮੀਨ ਦਾ ਹਿੱਸਾ ਕੀ ਤੂੰ ਰਾਇ ਕਰ ਲਾ ਆਪਦੀ ਮਾਂ ਨਾਲ ਚੰਗਾ ਪੂਆ ਕੋਈ ਗੱਲ ਨਹੀਂ ਮੈਂ ਤਾਂ 5 ਲੱਖ ਲੈ ਕੇ ਜਾਉਂਗੀ ਹੁਣ ਕੋਈ ਨਹੀਂ ਮੈਂ ਆਪਣੀ ਮਾਂ ਨਾਲ ਰਾਏ ਕਰਦਾ ਤੁਰਾ ਕਰਦਾ ਹੁਣ ਲੱਗਦਾ ਪਤਾ ਹਨੇਰਾ ਪਾ ਕੇ ਆਈਆਂ ਪਸ਼ੂਆਂ ਨੂੰ ਗਰਮੀ ਬਾਲੀ ਐ ਸਾਰਾ ਦਿਨ ਮੇਰਾ ਤਾਂ ਆਈ ਲੰਘ ਜਾਂਦਾ ਤੁਰੀ ਫਿਰਦੀ ਦਾ ਬੇਬੇ ਹਾਂ ਭਾਈ ਤੂੰ ਤਾਂ ਨੀਰਾ ਤਾਂ ਪਾਈ ਮੱਝਾਂ ਨੂੰ ਆ ਮੇਰੀ ਭੂਆ ਨੇ ਤਾਂ ਮੈਨੂੰ ਹੋਰ ਹੀ ਨਵੀਂ ਗੱਲ ਸੁਣਾਤੀ ਕੀ ਸੁਣਾਤੀ ਭਾਈ ਮੈਂ ਤੈਨੂੰ ਆਖਿਆ ਸੀ ਤੈਨੂੰ 2000 ਦਾ ਛੂਟ ਦਵਾ ਦੇਣਾ ਉਹ ਤਾਂ ਕਹਿੰਦੀ 2000 ਦੀ ਛੂਟ ਦੀ ਲੋੜ ਨਹੀਂ ਭਾਈ ਮੈਂ ਤਾਂ 5 ਲੱਖ ਰੁਪਏ ਲੈ ਜਾਊਂਗੀ 5 ਲੱਖ ਹਾਂ ਲੱਖ ਰੂ ਆਪਣੇ ਕੋਲ ਤਾਂ 5000 ਨਹੀਂ ਤੇ ਉਹ ਤਾਂ 5 ਲੱਖ ਦੀ ਮੰਗ ਰੱਖੀ ਬੈਠੀ ਐ ਕਹਿੰਦੀ ਥਰਮ ਪਲਾਟ ਦੇ ਜੀ ਨਾਲ ਜਿਹੜਾ 1 ਕਿੱਲਾ ਮੈਨੂੰ ਜ਼ਮੀਨ ਦਾ ਆਉਂਦਾ ਐ 50 ਲੱਖ ਰਿਆ ਉਹ ਤੁਸੀਂ 5 ਲੱਖ ਨਹੀਂ ਦੇ ਸਕਦੇ ਇਹ ਤਾਂ ਹੁਣ ਆਕੜ ਕੇ ਖੜ ਗਈ ਜਮੀ ਇਹ ਤਾਂ ਲੈ ਹੁਣ ਕੀ ਕਰੀਏ ਬੇਬੇ ਸਾਰਾ ਖੂ ਤੁਸੀਂ ਪੱਟਿਆ ਸੱਸ ਨੂੰ ਹਾਂ ਨੇ ਮਾੜੀ ਮੁੱਟੀ ਅਗਤ ਭਗਤ ਕਰ ਦਿੰਦੀ ਐ ਭੂਆ ਜੀ ਕੀ ਗੱਲ ਸੀ ਚਿਹਰਾ ਕਰਦੇ ਆ ਸੇਵਾ ਇਹ ਤਾਂ ਆਹੀ ਬਸ ਪੈਸਿਆਂ ਪਿੱਛੇ ਆਕੜੀ ਖੜੀ ਆ ਵੀ ਬਸ ਮੈਨੂੰ ਐ ਤੇਰਾ ਲੈ ਜਾ ਪੈਸੇ ਇਹਨਾਂ ਤੋਂ ਮੈਨੂੰ ਤਾਂ ਬੇਬੇ ਤੇਰੇ ਲਈ ਗੱਲ ਐ ਮੇਰੀ ਭੂਆ ਤਾਂ ਕੋਈ ਬਹਾਨਾ ਹੀ ਭਾਲਦੀ ਸੀਗੀ ਇਹ ਤਾਂ ਬਸ ਭਾਈ ਆਨੇ ਬਹਾਨੇ ਆਪਣੇ ਨਾਲ ਗੁੱਸੇ ਹੁੰਦੀ ਸੀ ਸੇਵਾ ਬਥੇਰੀ ਕਰਦੇ ਆਂਗੇ ਨਹੀਂ ਨਹੀਂ ਨੁਕਸ ਤਾਂ ਆਪਣੇ 'ਚ ਵੀ ਹੈਗਾ ਹੈਗਾ ਆਪਾਂ ਨੂੰ ਦੇਖ ਲੈ ਜਿੱਦੇ ਆਈਏ ਸ਼ਾਮ ਨੂੰ ਕੱਦੂ ਦੀ ਸਬਜ਼ੀ ਖਵਾ ਦੇ ਭਾਈ ਕਦੋਂ ਕੋਈ ਉਹਦੇ ਸਬਜ਼ੀ ਮਿਲੀ ਨਹੀਂ ਐਨੀ ਹਰਪ੍ਰੀਤ ਨੂੰ ਨਾ ਆਉੜੀ ਵੀ ਘਰੇ ਦੁੱਧ ਹੈ ਆਟਾ ਘਰੇ ਸਿਕਰ ਮੈਂ ਦੂਜੇ ਪ੍ਰਸ਼ਾਦ ਬਣਾ ਦਿਆ ਤੇਰਾ ਪ੍ਰਸ਼ਾਦ ਬਣਾ ਦਿੰਦੀ ਖੀਰ ਬਣਾ ਦਿੰਦੀ ਸੇਵੀਆਂ ਬਣਾ ਦਿੰਦੀ ਕੁਛ ਨਹੀਂ ਭਾਈ ਹੁਣ ਤਾਂ ਬਣਾਇਆ ਲੈ ਹੁਣ ਉਹ ਤਾਂ ਗੁੱਸੇ ਹੋ ਕੇ ਖੜ ਗਈ ਲੈ ਕਿੱਥੋਂ ਦੇ ਮੰਗੇ ਉਹਨੂੰ ਪੈਸੇ ਦੇ ਆਕੇ ਖੜ ਗਈ ਉਹਨੂੰ ਤਾਂ ਨਹੀਂ ਅਕਲ ਸੀ ਮਾੜਾ ਮੋਟਾ ਤੂੰ ਸਮਝਾਉਣ ਦੀ ਤੂੰ ਗੱਲ ਦੱਸ ਦਿੰਦੀ ਕੋਈ ਵੇ ਭਾਈ ਮੈਂ ਤਾਂ ਆਖਿਆ 12 ਪੜੀ ਐ ਤਾਂ ਇਹ ਜਿਹੜਾ 12 ਪੜੀਆਂ ਖੂਹ 'ਚ ਹੀ ਗਈਆਂ ਹਾਂ ਉਹ ਤਾਂ ਖੂਹ ਖਾਤੇ 'ਚ ਗਈਆਂ ਕੰਡੇ ਤਾਂ ਹੁਣ ਆਪਾਂ ਨੂੰ ਚੁਗਲੇ ਪੈਣਗੇ ਉਹਨੂੰ ਕੀ ਐ ਵੇ ਭਾਈ ਸੱਚੀ ਕੀ ਕਰੂੰਗੇ ਹੁਣ ਜੇ ਨਾ ਮੰਨੀ ਉਹ ਉਹ ਨਹੀਂ ਮੰਨਦੀ ਮੁੰਦੀ ਜਾ ਜਾ ਕੇ ਉਹਨੂੰ ਕੀ ਪੁੱਛੇਗੀ ਹਾਂ ਹਰਪ੍ਰੀਤ ਨੂੰ ਦੱਸ ਕਦੇ ਭੂਆ ਨੂੰ ਮਨਾ ਆਪਦੀ ਨੂੰ ਤੇਰੀ ਕਦੇ ਕੰਡੇ ਬੀਜੇ ਹੁਣ ਚੁਗ ਲੈ ਮੈਂ ਪੁੱਛਦੀ ਆ ਭਾਈ ਹਰਪ੍ਰੀਤ ਨੂੰ ਮੈਂ ਵੀ ਪੁੱਛਦੀ ਆ ਉਹਨੂੰ ਜੇ ਮੰਨੂਗੀ ਬਰਿਆ ਤਰਿਆ ਕੇ ਹੁਣ ਲੈ ਮੈਨੂੰ ਤਾਂ ਕਿੰਨਾ ਟਾਈਮ ਹੋ ਗਿਆ ਬਾਹਰ ਗਈ ਨੂੰ ਜਾ ਕੇ ਭੂਆ ਦਾ ਹਾਲ ਚਾਲ ਦੇਖਦੀ ਆ ਕੀ ਹੋਊਗਾ ਉਦੋਂ ਪੰਗਾ ਪਾ ਰੱਖਿਆ ਨੇ ਆ ਕੇ ਕੀ ਗੱਲਾਂ ਕਰਦੀ ਹੋਣੀ ਆ ਤੂੰ ਆ ਮੈਂ ਕੀ ਕਰਨੀ ਸੀ ਮੈਂ ਤਾਂ ਇਹ ਨਹੀਂ ਸੀ ਮੈਂ ਕਿ ਦੇਖਦੀ ਆ ਭੂਆ ਦਾ ਹਾਲ ਚਾਲ ਜਾ ਕੇ ਭੂਆ ਦਾ ਹਾਲ ਚਾਲ ਤੈਨੂੰ ਬੇਬੇ ਨੇ ਦੱਸਿਆ ਨਹੀਂ ਬੇਬੇ ਮੈਨੂੰ ਕਿੱਥੇ ਮਿਲ ਗਈ ਬਾਹਰੋਂ ਤਾਂ ਮੈਂ ਤੁਰੀ ਆਉਣੀ ਆ ਮੈਂ ਤਾਂ ਬੇਬੇ ਨੂੰ ਕਿਹਾ ਸੀਗਾ ਤੂੰ ਹਰਪ੍ਰੀਤ ਨੂੰ ਦੱਸਦੀ ਮੈਨੂੰ ਤਾਂ ਲੱਗਦਾ ਬੇਬੇ ਟੈਨਸ਼ਨ ਕਰ ਗਈ ਗੱਲ ਦੀ ਫੇ ਬੇਬੇ ਅੰਦਰੀ ਹੋ ਗਈ ਇਹ ਜੀ ਕੀ ਬੇਬੇ ਨੂੰ ਟੈਨਸ਼ਨ ਹੋ ਗਈ ਕੀ ਹੋ ਗਿਆ ਤੂੰ ਕੰਡੇ ਬੀਜ ਕੇ ਹਜੇ ਮੈਨੂੰ ਪੁੱਛਦੀ ਐ ਨਾ ਮੈਂ ਕੀ ਬੀਜੇ ਐ ਸਾਰਾ ਟੱਬਰ ਤੁਸੀਂ ਮੈਨੂੰ ਦੋਸ਼ ਦੇਣ ਲੱਗ ਜਾਂਦੇ ਹੋ ਬੇਬੇ ਵੀ ਮੈਨੂੰ ਕਹਿੰਦੀ ਤੂੰ ਵੀ ਮੈਨੂੰ ਸੁਣਾਈ ਕਰਦਾ ਭੂਆ ਵੀ ਮੇਰੇ ਸਿਰ ਤੇ ਚੜ ਕੇ ਬਹਿਣੀ ਆ ਗੱਲ ਕੀ ਦੱਸਤਾ ਸੀ ਭੂਆ ਤਾਂ 5 ਲੱਖ ਰੁਪਇਆ ਮੰਗਦੀ ਐ 5 ਲੱਖ 5 ਲੱਖ ਹਾਂ ਦੇ ਦਾਦਾ ਕਹਿੰਦੀ ਭਾਈ ਮੇਰੀ ਤੁਸੀਂ ਸੇਵਾ ਨਹੀਂ ਕੀਤੀ ਤੇ ਮੇਰਾ ਤਾਂ ਥਰਮਲ ਪਲਾਂਟ ਕੋਲ ਜਿਹੜਾ ਕਿੱਲਾ ਹੈ ਨਾ 50 ਲੱਖ ਦਾ 5 ਲੱਖ ਰੁਪਏ ਤਾਂ ਮੈਨੂੰ ਦੇ ਹੀ ਸਕਦੇ ਹੋ ਲੈ ਪਰ ਉਹਨੇ ਸੇਵਾ ਨਹੀਂ ਕੀਤੀ ਤਾਂ ਹੁਣ ਭੂਆ ਨੂੰ 5 ਲੱਖ ਰੁਪਏ ਚਾਹੀਦੇ ਸੇਵਾ ਦਾ ਚੰਗੀ ਭਲੀ ਤਾਂ ਸੇਵਾ ਕਰਤੀ ਇੰਨੇ ਤਾਂ ਤੜਕੇ ਸਮਾਨ ਬਣਾ ਕੇ ਖਵਾਏ ਉਹੀ ਗੱਲ ਦੇਸ਼ ਦੁਨੀ ਨਾ ਹੈ ਮੈਂ ਤਾਂ ਉਹੀ 200-300 ਰੁਪਏ ਲਾਤਾ ਸਮਾਨ ਤੇ ਹਜੇ ਭੂਆ ਚੰਗੀ ਕਰਦੀ ਆਪਣੇ ਨਾ ਮੇਰੀ ਗੱਲ ਸੁਣ ਲੈ ਤੂੰ ਉਹ ਤਾਂ ਉਸੇ ਗੱਲ ਦੀ ਗੁੱਸਾ ਕਰੀ ਬੈਠੀ ਹੈ ਜਿਹੜੇ ਉਹਨੂੰ ਕੱਦੂ ਦੀ ਸਬਜ਼ੀ ਖਵਾਈ ਹੈ ਤੂੰ ਕੱਲੀ ਨਾ ਫਿਰ ਮੈਂ ਖਵਾਈਏ
होर किने खवाई है? सारे कासे दा देखो इल्जाम मेरे ते ना लाया करो, मां पुत मेरे ते लिया के सुई ना खड़ाया करो। देखो जे भूआ 5 लाख मंगदी है ओदे च मेरा कोई कसूर नहीं। देखो मैं तो आपदी सेवा फुल करती ओदी तड़के, मैं हुण दस की करा। बेबे ने मैनूं सारियां गल्लां दसियां। कहिंदियां भाई सेवनियां बनाउण दी दुद्ध तां सीगा, खीर बनाउण दी चौल तां सीगे ना। हुण तां फिर बेबे दे दिमाग लग गया, हुण तां बेबे सोचण लग गई। जदों बेबे अंदर वड़ी बैठी सी उदों तां बेबे एसी च वड़ के भुल गई भी भूआ नूं कुछ खवाउणा पिआउणा भी है। आराम नाल उत्थे ठंडे कमरे च बैठी रही है, बाहर आके कुछ दस्या नहीं मैनूं। मैं गर्मी च जिहड़ा कुछ बणिआ मैं खवाता। माड़ा मोटा अकल हाथ मार लिया करो, आए गए दी अगत भगत करिया करो। ओ बथेरी कर दिया, सोडे ता आए गए ही आए गए होंदे सारे, जां ता रुसदे आ ते जां पैसे मंगदे आ, मैं हुण दस की करा। मेरी गल सुन लै तू, जां ता 5 लाख दी आपां हुण तैयारी करनी पऊ। 5 लाख कर तैयार, रुपया कित्थों लिआएगी? जाके भूआ नूं मना लै। कित्थों लिआएगी कि लिआउणी? हुण मेरे कोल कोई खजाना पिआ दब्बिआ, मैं तैनूं ओह पट के दे दिआं। चंगा चंगा भूआ दे हत्थ बन लै, भूआ नूं मना लै जाके। देख भूआ नूं मैं तां बहुत बारी मना हटी, भूआ तां जिद्दी वाली है। जे तैथों मनदी है तूं मना लै, चल मैं तेरे नाल वग चलदी आं। मैथों नहीं मनदे, मैनूं तां 100 दी कसरा दी ने। इहदी मैं तां 5 लाख रुपया लेके जाऊं, जां बेबे नाल गल कर लै जा। बेबे कित्थे हुण? बेबे तां उत्थे ही होऊगी, बेबे तां टेंशन करी बैठी है गल दी। आहो सारे करके टेंशन, गल लिया कि मेरे ते सट दिया करो। हुण नमेड़ तूं लै, चल लै भूआ नूं पुछ के देख लैनी आं, बड़ा के देख लैने कोई पैरी पूरियां थला देने। भूआ साथों गलती होगी, सानू माफ कर दे, एक बारी मुड़के गलती नहीं कर दे, कन्न फड़ लू मैं तो। होर की है हुण मेहनती करनी है, होर तो कोई हुण 5 लाख रुपया हुण दस कित्थों लेगी? आ हुण तां ब्याह करके हटिया कुड़ी दा, 5 लाख भूआ नूं कित्थों दे दईए? भूआ उदो वड्डियां वड्डियां डिमांडां रखदी। चल मैं ही कर दी भूआ नाल गल, बेबे नूं तां आप उलझ जांदी होगी, चज नाल गल ही नहीं करनी आउंदी। भूआ तां ला आउंदी है। भूआ जी आयो, मैं ते चाह बनाउनी आ, लाइटियां लूचियां पा के वधिया, ते तुसी बैह जाओ 2 मिंट। बस मैनूं तां लाइटियां वाली चाह दी लोड़ नहीं, ते तुसी पी लो सस नूं। हां ते हुण साडे लाइटियां ज्यादा आ गईआं। ले भूआ अगे कड़ा तैनूं पा के नहीं दित्तियां, तूं ऐ कर दईएगी। हुण साडे लाइटियां ज्यादा आ गईआं, जदों मैं पैसे मंग ले। भूआ तूं एसी आए कमरे च ना कर ला, तेरे एसी दी लोड़ नहीं, मैं तां तेरे पाइक घर जांदी आ। भूआ तूं ना जा, आ जा रोड़ियां, मैनूं तां लोड़ नहीं, ते तेरे भूआ बन के ना घर जाण दी लोड़ नहीं मैनूं तां। होवा अगी ले, मैं तो इन्ना मिनटा कीतिया भूआ दिया, भूआ ने आखिया चंगी लौंग लाइटिया की चाह बनानी होगी। भूआ तो किसी लोटी नहीं मुड़ी, भूआ तो टप गई। ले मैं दस की करा, बेबे ना कर दी गल। नहीं बेबे, हो बेबे उरे भज के। हाँ देख ला तू तो अंदर बड़ी बैठी है कमरे च। हाँ ते भूआ टप गई। ओ मैं तो बस को सोच जी हो जाती है, फिर मैं तो आई पै जानी हूं। मैं तो बड़ी वड्डी सोच हो गई, कदों पैसे मंग के खड़ गई 5 लाख ना। हुण तू ऐ तां कहता कि 5 लाख मंग के खड़ गई, ओह गई उन्होंने घरे। ओ तां आईआं ना सी, ऐ कहंदी सी भूआ तां वी मैं ताएकिआं नूं दान दे दूंगी, जे ताएकिआं नूं देता हुण तू बग जा। मैं जावां हुण? जावें की हुण? ओह हुंदा उहदे नाल गल कर दिआं पहलां, रह जा इत्थे हुण, पुठे पंगे करन नूं रिहा करो सारा टब्बर, वड़ जा हुण घरे। मेरी की गलती है? सियाणी बेबे सी के मैं सी? देख ला बेबे, पहला देखा बेबे इसी च की लैन बड़ी, भूआ पड़ के ना बैठी तू। उड़े पुत मैं आराम कर दी सी 2 मिनट, कर ला आराम, हूं आराम ही कर ला फिर। ਉਹ ਤਾਂ ਭਾਵੇਂ ਬਾਲਾ ਹੀ ਆਪਣੇ ਨਾਲ ਤੱਕਲਾ ਹੁਕਣਾ ਬਾਲ ਨਹੀਂ ਦਿਖਾਉਂਦੀ ਆ, ਹੁਣ ਕੀ ਕਰੀਏ? ਹੁਣ 5 ਲੱਖ ਰੁਪਇਆ ਕਿੱਥੋਂ ਦੇਵਾਂਗੇ ਉਹਨੂੰ? ਉਹਨੂੰ ਬਰਿਆਤ ਰਿਆ ਕੇ ਦੇਖੋ ਹੁਣ ਕਿਹੜਾ 5 ਲੱਖ? ਮੈਨੂੰ ਤਾਂ ਲੱਗਦਾ ਹੁਣ ਉਹ ਆਦਾ ਕਿੱਲਾ ਵੇਚ ਕੇ ਜਾਊਗੀ ਤਾਂ ਤਾਏ ਕੇ ਘਰੇ ਬਾਗੀ। ਤੇਰਾ ਕੋਈ ਪੜ੍ਹੀ ਲਿਖੀ ਹੁਣ ਦਾ ਕੋਈ ਫਾਇਦਾ ਨਾ ਹੋਇਆ। ਨਾ ਮੈਂ ਦੱਸ ਕੀ ਕਰੇ? ਸਾਰਾ ਕੰਮ ਤੂੰ ਖਰਾਬ ਕੀਤਾ, ਹੋਰ ਕਿਹਨੇ ਕੀਤਾ? ਆ ਗਈ ਮੈਂ ਕਿਉਂ ਲੜਦਾ ਤੁਸੀਂ? ਆ ਗਈ ਮੈਂ। ਲੈ ਭੂ ਆ ਵੀ ਆ ਗਈ। ਆ ਜਾ ਭੂ ਬਹਿ ਜਾ, ਬਹਿ ਜਾ। ਵੇ ਵੇ ਮੈਂ ਕਿਉਂ ਅੱਡਾ ਲਾਇਆ ਤੁਸੀਂ? ਭੂਆ ਹੁਣ ਤੂੰ ਤਾਏ ਕੇ ਘਰੇ ਬਾਗੀ, ਤਾਏ ਕੇ ਘਰੇ ਤਾਂ ਤੁਹਾਨੂੰ ਸਬਕ ਸਿਖਾਉਣਾ ਮੈਂ, 5-5 ਲੱਖ ਰੁਪਇਆ ਨਹੀਂ ਲੈਣਾ ਹੀ ਮੈਂ। ਹਾਏ ਭੂਆ, ਤੂੰ ਤਾਏ, ਤੁਹਾਨੂੰ ਤਾਂ ਕਿਸੇ ਦੀ ਇੱਜ਼ਤ ਨਹੀਂ ਕਰਨੀ ਆਉਂਦੀ, ਆਏ ਗਏ ਦੀ ਉਹ ਸਿਖਾਉਣ ਆਈ ਆ ਮੈਂ। ਬੇਬੇ ਸੁਣ ਲੈ ਗੱਲ, ਵੀ ਆਏ ਗਏ ਦੀ ਇੱਜ਼ਤ ਕਰਨੀ ਆਉਂਦੀ ਸਾਨੂੰ। ਭੂਆ ਜਿਹੜਾ ਤੂੰ ਕਹਿੰਦੀ ਕਿ ਮੈਂ 5 ਲੱਖ ਰੁਪਇਆ ਲੈ ਕੇ ਜਾਊਂ ਇਹਨੂੰ, ਤੇ ਉਹ ਕੀ ਸੀ? 5 ਲੱਖ ਜਮਾਂ ਨਹੀਂ ਲੈ ਕੇ ਜਾਂਦੀ ਮੈਂ ਤਾਂ, ਮੈਂ ਤਾਂ ਤੁਹਾਨੂੰ ਸਬਕ ਸਿਖਾਉਣ ਆਈ ਆ ਇੱਕ ਸਬਕ। ਹਾਂ ਵੀ ਆਏ ਗਏ ਤਾਂ ਤੁਸੀਂ ਕਿ ਮੈਂ ਸੇਵਾ ਕਰਾ ਕਰੋਗੇ? ਦੇਖ ਲੈ ਇਹ ਤਾਂ ਭੂਆ ਕਰਦੀ ਸੀਗੀ, ਆਪਾਂ ਨੂੰ ਗੱਲ ਸਮਝਾਤੀ। ਹਾਂ ਤੁਸੀਂ ਕਿਸੇ ਦੀ ਸੇਵਾ ਨਹੀਂ ਕਰਦੀ ਆਏ ਗਏ ਦੀ। ਦੇਖ ਮੈਂ ਕਹਿੰਦੀ ਸਾਂ ਗੱਲ ਸੁਣ ਲੈ ਮੇਰੀ, ਦੇਖ ਭੂਆ ਕੱਲਾ ਸਾਡੇ ਚ ਕਸੂਰ ਨਾ ਕੱਢ, ਮੈਂ ਤਾਂ ਮੇਰੇ ਕਸੂਰ ਹੈ ਨਾ ਮੇਰੀ ਬੇਬੇ ਚ ਕਸੂਰ ਹੈ। ਤੁਸੀਂ ਸਾਰਾ ਕਸੂਰ ਇੱਕੋ ਜਿਹਾ ਆਪ ਹੈ, ਸਾਰਾ ਇਹਦੇ ਚ ਆ। ਸਾਨੂੰ ਇਹ ਕੁਝ ਲਿਆ ਕੇ ਨਹੀਂ ਦਿੰਦਾ, ਬਾਹਰੋਂ ਸਬਜ਼ੀ ਲਿਆ ਨਹੀਂ ਚੱਜ ਦੀ, ਨਾ ਇਹ ਨਾ ਤੂੰ ਨਾ
बेबे हूं तू क्यों टेंशन कर दी है बेबे ਹੁਣ ਗੱਲ ਤਾਂ ਕਰ ਲੈ ਭੂਆ ਨਾਲ ਕਿੱਦ ਨਾਲ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਵਧੀਆ ਕਰਿਆ ਕਰਾਂ ਤੇ ਸਾਡੇ ਸਭ ਕੁਝ ਆ ਮੈਂ ਕੋਈ 5 ਲੱਖ ਰੁਪਇਆ ਨਹੀਂ ਲੈਣਾ ਏ ਮੈਂ ਤਾਂ ਸੋਨੂੰ ਸਬਕ ਸਿਖਾਉਣ ਆਈ ਆ ਭੂਆ ਦੀ ਗੱਲ ਤਾਂ ਠੀਕ ਹੈ ਭੂਆ ਜੀ ਜਿਹੜੀ ਸਾਥੋਂ ਹੋ ਗਈ ਗਲਤੀ ਸਾਨੂੰ ਕਰਦੇ ਮਾਫੀ ਗਾਂ ਵਾਸਤੇ ਸੰਦ ਸੋਤ ਲਓ ਤੁਸੀਂ ਗੱਲ ਨੂੰ ਗਾਂ ਵਾਸਤੇ ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਕਰਾਂਗੇ ਹੁਣ ਦੱਸੋ ਤੁਹਾਨੂੰ ਕੀ ਚਾਹੀਦਾ ਸਾਰਾ ਇੱਕ ਸਮਝਣਾ ਚਾਹੀਦਾ ਕਿਸੇ ਮੁਰੇ ਤੁਸੀਂ ਕੱਦੂ ਧਰ ਦੇਣਾ ਕਿਸੇ ਮੁਰੇ ਤੁਸੀਂ ਮਟਰ ਪਨੀਰ ਧਰ ਦੇਣਾ जमीन भुखिया किला नी मंगदी कोई मैं 5 लाख रुपया नी मंगदी रिश्तेदारी मिलती है मेरे भरावां भतीजा ने मेरी सेवा की जमीन सी कोई सारे रिश्तेदार जमीन तो नहीं होंगी सेवा सारे गुस्सा कटो ए कर अड्डे ते जा मटर पनीर लेके आ भूआ नूं मटर पनीर दी सब्जी खवावांगे भूआ तां ओहदे पिछे गुस्से हो रही है ठीक है मैं सब्जी सेवा करा करो जेड़ा कोई रिश्तेदार आउणा ओसे दी सेवा करा करो ते भूआ भूआ दा पाउ ए कहदे नी कल्ली मेरी नी रिश्तेदार सारे दी सेवा करा करो सब्जी सेवा करा करो नी करांगे भूआ तू शांत रह बेबे नाल कर गल्लां ते मैं चाह बना के लेने होदे वाटी कोई ना तेरे आवांगे तेरे बस्तांगे तेरे नाल ते बस्तां नाल होर कौन बस्तूगा बखरी सो चैनल दी टीम वल्लों सारयां नूं प्यार भरी सत श्री अकाल जो हुणे हुणे तुसीं साडी वीडियो देखी है तुहानूं पता लग ही गया होगा कि मैसेज देने की कोशिश की है साडे चैनल नूं सबसक्राइब करो कमेंट करो वीडियो नूं वध तों वध शेयर करो सारयां दा बहुत बहुत धन्नवाद बखरी सौ चैनल ते जिन्हां वीरां ते भैणां ने सानूं सोहणे सोहणे कमेंट कीते आ असीं नाम बोलण जा रहे हां स्वर्णजीत कौर बैरो के जश बलविंदर सिंह चानना रामगढ़िया रतिया वीरपाल कौर रतिया शहर हरियाणा गुरपिंदर सिंह कुलवीर गिल गुरपरविंदर सिंह सिद्धू बराड़ अमर सिंह पटियाला अमरजीत कौर राणा लहरी बॉबी राजा हांगकांग दिल जस औजला कुलदीप कौर बराड़ कोठेलाल सिंह वाले सरबजीत कौर एम सी अनमोल सिंह सुखजीत कौर लवप्रीत सिंह नीलम मानसा कुलविंदर कौर नागरा जिन्हां वीरां ते भैणां ने सानूं सोहणे सोहणे कमेंट कीते है कमेंट करन लई बहुत बहुत धन्नवाद जिन्हां वीरां ते भैणां दे नाम बोलण मन्नूं रह गए असीं दूसरी वीडियो दे विच जरूर बोलांगे सानूं कमेंट करन लई सानूं सुझाव देण लई साडी सपोर्ट करन लई सारयां दा बहुत बहुत धन्नवाद।